ਸਤਿ ਸ਼੍ਰੀ ਅਕਾਲ ਦੋਸਤੋ, ਜਿਹੜਾ 135 ਆਪਾਂ ਖੋਲਿਆ ਸੀ ਪੇਂਟ ਵਾਸਤੇ ਅਤੇ ਉਹਦਾ ਪੇਂਟ ਰਿਮੂਵ ਹੋ ਚੁੱਕਿਆ, ਚੈਸੀ ਤਕਰੀਬਨ ਫਿਨਿਸ਼ ਹੋ ਚੁੱਕੀ ਆ। ਅੱਜ ਇਹਦਾ ਪ੍ਰਾਈਮਰ ਕੋਟ ਹੋਣਾ ਅਤੇ ਉਹਦੇ ਲਈ ਪੀਸ ਆ ਤਿਆਰ ਹੋ ਚੁੱਕਿਆ, ਸਭ ਰਗੜਾਈ ਰੁਗੜਾਈ ਹੋ ਚੁੱਕੀ ਇਹਨਾਂ ਦੀ ਅਤੇ ਇਕੱਲਾ ਇਕੱਲਾ ਪੀਸ ਆਪਣਾ ਪ੍ਰਾਈਮਰ ਲਈ ਤਿਆਰ। ਸਾਈਡ ਕਵਰ ਇੰਜਨ ਦਾ, ਇਹ ਸਾਈਡ ਕਵਰ ਆ, ਟੇਲ ਲਾਈਟ ਦਾ ਹੈਗਾ, ਹੈਡ ਇੰਜਨ ਸਾਈਡ ਕਵਰ, ਚੇਨ ਕਵਰ ਅਤੇ ਆਪਣਾ ਸਿਲੰਡਰ ਹੈ, ਮੀਟਰ ਪਲੇਟ ਹੈ, ਸੈਂਟਰ ਸਟੈਂਡ ਹੈ। ਸਾਰਾ ਪੇਂਟ ਪ੍ਰਾਈਮਰ ਹੋਊਗਾ ਪਹਿਲਾਂ, ਫਿਰ ਉਸ ਤੋਂ ਬਾਅਦ ਫਿਨਿਸ਼ਿੰਗ ਹੋਊਗੀ, ਫਿਰ ਉਸ ਤੋਂ ਬਾਅਦ ਫਾਈਨਲ ਪੇਂਟ ਕੋਟ ਹੋਊਗਾ ਇਹਦਾ। ਆਪਣਾ ਪ੍ਰਾਈਮਰ ਦਾ ਫਸਟ ਕੋਡ ਇਹਨੂੰ ਹੋ ਚੁੱਕਿਆ ਅਤੇ ਆਹ ਦੇਖੋ ਤੁਸੀਂ ਪੂਰੀ ਫਰੇਮ ਸ਼ੋਕਰ ਸਾਈਡ ਸਟੈਂਡ ਫੋਟੋ ਸ਼ੋਟ ਜੋ ਵੀ ਹੈ, ਪੂਰਾ ਬਾਈਕ ਦੇ ਮਤਲਬ ਕਿ ਫਸਟ ਕੋਡ ਪ੍ਰਾਈਮਰ ਦਾ ਹੋ ਚੁੱਕਿਆ ਇਹਨੂੰ। ਅਤੇ ਇਸ ਤੋਂ ਇਲਾਵਾ ਇੱਕ ਦੋ ਚੀਜ਼ਾਂ ਦੇ ਵਿੱਚ ਰਹਿ ਵੀ ਗਈਆਂ, ਜਿਵੇਂ ਪਿਛਲਾ ਝੂਲਾ ਰਹਿ ਚੁੱਕਿਆ, ਉਹ ਕਰਦੇ ਹਾਂ ਪ੍ਰਾਈਮਰ ਬਾਅਦ 'ਚ, ਅਤੇ ਬਾਅਦ 'ਚ ਕਰਦਾਂਗੇ। ਪੂਰਾ ਕੰਪਲੀਟ ਆਪਣਾ ਪ੍ਰਾਈਮਰ ਹੋ ਚੁੱਕਿਆ, ਪ੍ਰਾਈਮਰ ਦਾ ਇੱਕ ਕੋਡ ਇਹਦਾ ਹੋਰ ਵੀ ਹੋਣਾ, ਉਸ ਤੋਂ ਬਾਅਦ ਫਿਰ ਇਹਦੀ ਪੇਂਟ ਜੋਬ ਹੋਊਗੀ। ਅਤੇ ਪ੍ਰਾਈਮਰ ਹਾਲੇ ਇੱਕ ਕੋਡ ਇਹਦਾ ਹੋ ਰਹਿੰਦਾ, ਸਾਰਾ ਸਫਾਈ ਕਰਨ ਤੋਂ ਬਾਅਦ ਇੱਕ ਕੋਡ ਹੋਰ ਇਹਨੂੰ ਪ੍ਰਾਈਮਰ ਦਾ ਹੋਊਗਾ, ਉਸ ਤੋਂ ਬਾਅਦ ਪੂਰਾ ਕੰਪਲੀਟ ਫਿਰ ਇਹ ਪੇਂਟ ਜੋਬ ਲਈ ਰੈਡੀ ਹੋ ਜੂਗਾ। ਓਕੇ।